welcom to my astronaut online study i'm professor lavsing and we're gonna give you a best ielts reading series specially in punjabi bache jivein toanu pata asi sariya reading toanu unlimited readings is channel de upar jehdi hai giyan upload karke dewange solve karke dewange toanu pata apni exam repeated readings vi bahut ne kinne var apni exams de vich readings repeat hoyiyan ne giyan oh vi toanu upload karke dewange naal ik asi nava feature vi toanu ik add kar rahe ha reje othe toade suggestions chahide hai mainu ਉਹਦੇ ਵਿੱਚ ਕੀ ਹੈ ਨਾ ਆਪਾਂ ਕਾਫੀ ਜਿਆਦੇ ਬੱਚਿਆਂ ਨੇ ਕਾਲਸ ਆਈਆਂ ਸੀਗੀਆਂ ਕਿ ਸਰ ਸਾਨੂੰ ਲਾਈਵ ਇੱਕ ਰੀਡਿੰਗ ਚਾਹੀਦੀ ਹੈ ਡੇਲੀ ਦੀ ਜੇ ਸਾਨੂੰ ਨਾਲ ਬੈਠ ਕੇ ਸੋਲਵ ਕਰਵਾ ਦਿਆ ਕਰੋ ਉਹ ਹੁਣ ਕੀ ਕਰਾਂਗੇ ਆਪਾਂ ਆਨਲਾਈਨ ਟਾਈਮ ਦੇ ਵਿੱਚ ਇੱਕ ਰੀਡਿੰਗ ਤੁਹਾਨੂੰ ਡੇਲੀ ਦੀ ਸੋਲਵ ਕਰਕੇ ਦਿਆ ਕਰਾਂਗੇ ਲਾਈਵ ਜਿਦੇ ਵਿੱਚ ਤੁਸੀਂ ਵੀ ਨਾਲ ਹੋਇਆ ਕਰੋਗੇ ਤੁਹਾਡੇ ਜਿਹੜਾ ਹੈਗਾ ਜੋ ਵੀ ਪ੍ਰੋਬਲਮਸ ਹੋਣਗੀਆਂ ਉਹਦੀਆਂ ਇੱਕ ਦਿਨ ਪਹਿਲਾਂ ਤੁਹਾਨੂੰ ਦੱਸ ਦਿਆ ਕਰਾਂਗੇ ਕੱਲ ਆਪਾਂ ਫੁਲਾਨੀ ਰੀਡਿੰਗ ਸੋਲਵ ਕਰਨ ਜਾ ਰਹੇ ਹਾਂਗੇ ਤੁਸੀਂ ਉਹ ਰੀਡਿੰਗ ਸੋਲਵ ਕਰਕੇ ਰੱਖ ਲੈਣੀ ਹੈ 9 ਬੈਂਡਰ ਸਿਮਰਨ ਸਰ ਤੁਹਾਡਾ ਸੈਸ਼ਨ ਲਿਆ ਕਰਨਗੇ ਲਾਈਵ ਕਲਾਸ ਲਿਆ ਕਰਨਗੇ ਫ੍ਰੀ ਆਫ ਕੋਸਟ YouTube ਤੇ ਲਾਇਆ ਕਰਾਂਗੇ ਆਪਾਂ ਕੋਈ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਕੋਈ ਸਬਸਕ੍ਰਿਪਸ਼ਨ ਦੀ ਲੋੜ ਹੈ ਜਾਂ ਕੁਝ ਵੀ ਬਟ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣਾ ਬਟ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪਲੱਸ ਸਾਨੂੰ ਕਮੈਂਟ ਜਰੂਰ ਕਰਕੇ ਦੱਸਿਓ ਵੀ ਇਹ ਠੀਕ ਹੈ ਤੁਹਾਡੇ ਅਕੋਰਡਿੰਗ ਹਨਾ ਫਿਰ ਤੁਹਾਡੀ ਚਾਹੇ ਉਹ ਰੀਡਿੰਗ ਤੁਹਾਡੀ ਮਨਪਸੰਦ ਦੀ ਹੋਵੇ ਚਾਹੇ ਸਾਡੇ ਵੱਲੋਂ ਹੋਵੇ ਤੁਹਾਨੂੰ ਇੱਕ ਦਿਨ ਪਹਿਲਾਂ ਦੱਸ ਦਿਆ ਕਰਾਂਗੇ ਕਿ ਕੱਲ ਆਪਾਂ ਆਹ ਲੀਡਿੰਗ ਕਰਵਾਉਣੀ ਹੈਗੀ ਉਹ ਰੀਡਿੰਗ ਤੁਸੀਂ ਪ੍ਰਪੇਅਰ ਕਰ ਲੈਣੀ ਹੈਗੀ ਫਿਰ ਸਰ ਤੁਹਾਨੂੰ ਲਾਈਵ ਸੈਸ਼ਨ ਦੇ ਵਿੱਚ ਲੈ ਕੇ ਉਹ ਸੋਲਵ ਕਰਾਇਆ ਕਰਨਗੇ ਤੁਹਾਡੇ ਕਮੈਂਟਸ ਦੇ ਜ਼ਰੀਏ ਤੁਸੀਂ ਸਰ ਨਾਲ ਡਿਸਕਸ਼ਨ ਵੀ ਕਰ ਸਕਦੇ ਹੋਗੇ ਸੋ ਦੱਸਿਓ ਜਰੂਰ ਬੇਟਾ ਕਮੈਂਟ ਕਰਕੇ ਹਨਾ ਸ਼ੇਅਰ ਜਰੂਰ ਕਰਨਾ ਬੇਟਾ ਜੀ ਥੈਂਕ ਯੂ ਸੋ ਮੱਚ ਇੰਜੋਏ ਯੂ ਰੀਡਿੰਗ ਵੈਲਕਮ ਟੂ ਮਾਈਲਸਟੋਨ ਆਨਲਾਈਨ ਸਟੱਡੀ ਮਾਈ ਨੇਮ ਇਜ਼ ਸਿਮਰਨ ਤੇ ਅੱਜ ਆਪਾਂ ਕਰਾਂਗੇ ਆਈਐਸ ਅਕੈਡਮੀ ਰੀਡਿੰਗ ਦਾ ਇੱਕ ਪੈਸੇਜ ਜਿਹਦਾ ਕੀ ਨੇਮ ਹੈ ਜੀ ਅਸਟੈਰਿਟੀ ਮੈਜਰਸ ਬੇਸਿਕਲੀ ਆਪਾਂ ਨੂੰ ਓਵਰਆਲ ਇਸ ਪੈਸੇਜ ਦੇ ਵਿੱਚ ਕਿਹੜੀ ਗੱਲ ਕਹੀ ਗਈ ਹੈ ਕੀ ਕੰਟੈਕਸਟ ਹੈ ਦਾ ਜਿੱਦੋਂ ਕਿਸੇ ਕੰਟਰੀ ਦੇ ਵਿੱਚ ਰੀਸੈਸ਼ਨ ਆਉਂਦੀ ਹੈ ਹਨ ਇਕਨੋਮੀ ਡਾਊਨ ਜਾਂਦੀ ਹੈ ਤਾਂ ਗਵਰਨਮੈਂਟ ਜਿਹੜੇ ਮੈਜਰਸ ਲੈਂਦੀ ਹੈ ਤਾਂ ਉਹਨਾਂ ਨੂੰ ਅਸਟੈਰਿਟੀ ਮੈਜਰਸ ਕਹਾ ਜਾਂਦਾ ਹੈ ਉਹ ਕੀ ਮੈਜਰਸ ਨੇ ਤੇ ਉਹਨਾਂ ਦੀ ਕੁਝ ਕੁ ਐਗਜ਼ਾਮਪਲਸ ਦਸੀਆਂ ਹੋਈਆਂ ਆਪਾਂ ਨੂੰ ਇਸ ਪੈਰਾਗ੍ਰਾਫ ਚ ਮਤਲਬ ਸਾਰਾ ਕੁਝ ਉਹਨਾਂ ਬਾਰੇ ਦੱਸਣ ਮਤਲਬ ਦੇਖਣ ਨੂੰ ਮਿਲੂਗਾ ਆ विद नो मोर देन टू वर्ड्स ਆਪਾਂ ਸਮਰੀ ਕੰਪਲੀਟ ਕਰਨੀ ਹੈ ਸੈਕਿੰਡ ਹੈ ਕਿ ਆਪਣੇ ਫੋਰ ਆਪਸ਼ਨ ਚੂਜ਼ ਕਰਨੇ ਆਪਾਂ ਐਮਸੀਕਿਊ ਟਾਈਪ ਕੁਐਸਚਨ ਹੈ ਇਹ ਚਾਰ ਚਾਰ ਆਪਸ਼ਨ ਚੂਜ਼ ਕਰਨੇ ਨੇ ਲਾਸਟ ਹੈ ਕਿ ਆਪਣੀ ਲਿਸਟ ਆਫ ਪੀਪਲ ਠੀਕ ਹੈ ਜੀ ਇਹ ਚਾਰ ਪੰਜ ਇਨਸਾਨਾਂ ਦਾ ਨਾਮ ਹੈ ਤੇ ਸਟੇਟਮੈਂਟਸ गिवन ਆਪਾਂ ਮੈਚ ਕਰਨੇ ਹੈ ਸਟੇਟਮੈਂਟਸ ਨੂੰ ਇਨਸਾਨਾਂ ਦੇ ਨਾਲ ਠੀਕ ਹੈ ਜੀ ਤਾਂ ਆਪਾਂ ਪਹਿਲਾਂ ਹੁਣ ਕੁਐਸਚਨਸ ਪੜ੍ਹਦੇ ਆ ਤਾਂ ਜੋ ਆਪਣੇ ਅ ਮਤਲਬ ਮਾਈਂਡ ਰਵੇ ਵੀ ਕਿਹੜੇ ਕਿਹੜੇ ਕੁਐਸਚਨ ਚ ਕਿਹੜੇ ਕਿਹੜੀ ਗੱਲ ਕੀਤੀ ਗਈ ਹੈ ਤਾਂ ਜੋ ਆਪਾਂ ਜਦੋਂ ਪੈਰਾਗ੍ਰਾਫ ਪੜਾਂਗੇ ਉਹਦੇ ਆਪਣੇ ਦਿਮਾਗ ਸਟ੍ਰਾਈਕ ਕਰ ਜਾਣਾ ਚਾਹੀਦਾ ਵੀ ਇਸ ਪੈਰਾਗ੍ਰਾਫ ਚ ਉਸ ਕੁਐਸਚਨ ਦਾ ਆਨਸਰ ਲੱਗ ਸਕਦਾ ਠੀਕ ਹੈ ਜੀ ਫਰਸਟ ਦੇਖੋ ਨ ਗਵਰਨਮੈਂਟ ਕੈਨ ਅੰਡਰਗੋ ਅਸਟੀਰਿਟੀ ਮੀਜਰਸ ਬਾਈ ਕਟਿੰਗ ਬਾਈ ਕਟਿੰਗ ਬਾਈ ਕਟਿੰਗ ਸਪੈਂਡਿੰਗ ਐਂਡ অর ਰੇਜ਼ਿੰਗ ਡੈਸ਼ ਮਤਲਬ ਕਿਹੜੀ ਚੀਜ਼ ਨੂੰ ਰੇਜ਼ ਕਰਨ ਲਈ ਅਸਟੀਰਿਟੀ ਮੀਜਰਸ ਅੰਡਰਗੋ ਕਰ ਸਕਦੀ ਕੋਈ ਗਵਰਨਮੈਂਟ if banks do not believe that a government will settle their debts they may ask for dash that are too high to pay too high hunde ne jehde te je banks nu lagge bhi government unna de debt matlab loans complete nahi kar sakdi hon par nahi sakdi ta oh ki karde ne jehde ki zyada bahut zyada high hunde in these cases the imf Is sometimes prepared to lend money to these governments. One of the conditions of IMF loans is that recipient countries undergo austerity measures to reduce their dash and repay any debts. Reduce their dash. IMF loans that there is a recipient countries undergo austerity measures to reduce their dash and repay any debts. The IMF has attracted criticism uh, for its role in Asia after the 1997 financial crisis. The crisis was caused when international investors pulled their money out of the region at once, causing Dash. <laughs> causing Dash to foil and unemployment to rise. IMF's austerity measures set conditions that lowered incomes and dash these policies have caused great suffering internationally. ਮਤਲਬ ਜਿਹੜੇ austerity measures ਹੁੰਦੇ ਨੇ ਇਹ ਕੰਡੀਸ਼ਨ ਸੈੱਟ ਕਰਦੇ ਆ ਕਾਦੇ ਲਈ ਵੀ ਜਿਹੜੇ ਲੋਅਰਡ ਇਨਕਮਸ ਤੇ ਕੀ ਚੀਜ਼ ਹੈ ਠੀਕ ਹੈ ਜੀ ਇਹਨਾਂ ਬਾਰੇ ਕੰਡੀਸ਼ਨ ਸੈੱਟ ਕਰਦੇ ਨੇ ਠੀਕ ਹੈ ਜੀ ਆਪਾਂ ਅਗਲਾ ਕੁਐਸਚਨ ਦੇਖਦੇ ਆ ਕੀ ਹੈ Which four items are identified uh, identified as features of the Greek government's austerity measure program in 2010 Apa four features dassne ha Greek government de kede si jide ki austerity measures de vich sige program 2010 de vich ta e ohde question de reducing public sector wages between 2010 and 2014 cutting allowances for public sector wages raising the sales tax making the compulsory retirement age for same for both of the uh, genders मल्टीपल जर्नल स्ट्राइक्स, मेकिंग सिगरेट्स मोर एक्सपेंसिव एलिमिनेटिंग द बजट डेविसिट. ठीक है जी ए आप ध्यान रखा ऑप्शन भी हूँ ला लास्ट देखो मैथ दे स्टेटमेंट्स थर्टी सिक्स मतलब पहला आप इंसानों के नाम पढ़ लेने. जॉन माइनार्ड केन्स डेविड कैमरॉन मार्शल ऑरबेक जोसफ स्टेगल्स पॉल किंगमैन हूँ स्टेटमेंट्स देखो की है स्टेटमेंट से ऑप्शन ही तरह ही है है हाँ ना अपना जो अपना तो नाम आ गया अपने कोई जो लाइन हुई गई आप पढ़ लेंगे फिर इतना आके देख लेंगे भी कह आंसर आएगा ठीक है जी हूँ स्टार्ट करते हैं पढ़ना फर्स्ट ए पैराग्राफ देखो अस्टैरिटी मैजरस असटेरिटी मैजरस आर एक्शन इन ऑर्डर टू पे बैक इट्स दो इनवॉल्व स्लैशिंग गवर्नमेंट एक्सपेंडिचर एंड हाइकिंग टैक्सिस स्लैशिंग गवर्नमेंट एक्सपें आंसर लगेगा एक्सपेंडिचर एंड हाइकिंग टै टैक्सिस एंड मोस्ट ऑफ द टाइम दर इम्पोज कंट्री वैन इट्स नैशनल डेफिसिट इज बिलीव टू हैव बिकम अनसस्टेनेबल हम इतों अपना ट्वेंटी सैवंथ आंसर लगेगा जी बाय कटिंग स्पेंडिंग कटिंग स्पेंडिंग कितों लग जूगा अपना स्लैशिंग गवर्नमेंट एक्सपेंडिचर स्लैशिंग गवर्नमेंट एक्सपेंडिचर तो अपना लग जाऊ कटिंग स्पेंडिंग एंड और रेजिंग डैश रेजिंग कितों लग जागा अपना हाइकिंग हाइकिंग नाल वर्ड पे तो टैक्सिस्वेंटी सैवन का आंसर आजगा जी टैक्सिस ट्वेंटी सैवन आंसर इज टैक्सिस ठीक है जी नैक्सट देखो इन दिस सिचुएशन बैंक्स में लूज ट्रस्ट इन गवर्नमेंट्स एबिलिटी और विलिंगनेस टू रीपे एग्जिस्टिंग डेट्स एंड इन रिटर्न कैन रिफ्यूज टू रोल ओवर करंट लोन्स एंड डिमांड क्रिपलिंगली excessive interest rates on new lending matlab in matlab bahut zyada highly excessive interest rates demand kar sakda hai loan je bank je bank nu lagge bhi government jehdi ode kol hun debt parn nu paise nahi hai ke ya parna cha nahi rahi debt nu theek hai je tak ki wo impose kar denda hai interest rates ta apna 28 da answer kiya ja juga ji interest rates banks do not believe that government will settle their debts they may ask for

ਮਤਲਬ IMF ਉਹਨਾਂ ਨੂੰ ਆਸਟੇਰਿਟੀ ਮੀਜਰਸ ਡਿਮਾਂਡ ਕਰਦੀ ਹੈ ਵੀ ਆਸਟੇਰਿਟੀ ਮੀਜਰਸ ਅੰਡਰਗੋ ਕੀਤੇ ਜਾਣੇ ਚਾਹੀਦੇ ਆ ਉਸ ਕੰਟਰੀ ਦੇ ਵਿੱਚ ਤਾਂ ਜੋ ਬਜਟ ਡੈਫਿਸਿਟ ਹੈ ਜਿਹੜਾ ਉਹ ਕਰਟੇਲ ਕੀਤਾ ਜਾ ਸਕੇ ਰਿਡਿਊਸ ਕੀਤਾ ਜਾ ਸਕੇ ਤਾਂ ਇਹ ਤੋਂ ਆਪਣਾ 29th ਆਨਸਰ ਲੱਗ ਜੂਗਾ ਜੀ IMF ਲੋਨਸ ਇਜ਼ दैट ਰੈਸੀਪੀਐਂਟ ਕੰਟਰੀਜ਼ ਅੰਡਰਗੋ ਆਸਟੇਰਿਟੀ ਕੰਡੀਸ਼ਨਸ ਤੋਂ ਲੱਗ ਜੂਗਾ ਡਿਮਾਂਡ ਤਾਂ ਕੀ ਡਿਮਾਂਡ ਹੈ ਵੀ ਆਸਟੇਰਿਟੀ ਮੀਜਰ ਅੰਡਰਗੋ ਹੋਣੇ ਚਾਹੀਦੇ ਆ ਟੂ ਰਿਡਿਊਸ ਰਿਡਿਊਸ ਕਿਤੋਂ ਲੱਗ ਜੂਗਾ ਆਪਣਾ ਕਰਟੇਲ ਤੋਂ ਥੇਅਰ ਰਿਡਿਊਸ ਥੇਅਰ ਕਿਹੜੀ बजट डेफिसिट ठीक है जी अगर देखो वेव ऑफ ऑस्टेरिटी यूरोप इन टू थाउजेंड टैन टू थाउजेंड टेन की गल होगी अपना इतों आ वाला क्वेश्चन लगेगा जी टू थाउजेंड टेन इस है बंद मतलब हुई वैलफेयर पब्लिक सैक्टर सैलरीज कट हुई कुछ टैक्सिज़ के एक्साइजेस वे ने टैक्सिज वे ने ठीक है जी हम अगर देखो ग्रीक प्रोग्राम की इतनी गल होगी हम इतों अपना आंसर लग सकता है अटैम्प टू नैरो बजट शॉर्टफॉल फ्रॉम एट पॉइंट वन परसेंट ऑफ जी डी पी इन टू थाउजेंड टेन टू टू थाउजेंड सिक्स परसेंट ऑफ डी जी पी जी डी पी इन टू थाउजेंड फोर्टीन प्राइमरीली फ्रीजिंग पब्लिक सैक्टर ड्यूरिंग दैट पीरियड एंड रिड्यूसिंग पब्लिक सैक्टर अलायसिस बाय एट परसेंट एक तो पब्लिक सैक्टर इनकम्स फ्रीज करती ना बंद करती हैं सी. अगे देखो द ग्रीक सेल टैक्स विल बी एल ए, ए एलीवेट होगा ठीक है एक्साइज होगी फ्यूल से टोबैको टोबैको जरा सिगरेट्स हूँ एलकोहल से आर ऑलसो सबजैक्ट टू एन इनक्रीज मतलब यीज हो सकते हैं आला इंपॉर्ट जी मैं हम हाईलाइट की है द स्टैचूटरी रिटायरमेंट एज फॉर वुमेन विल बी रेज टू सिक्सट्टाइव मतलब रिटायरमेंट एज वुमन की सिक्सटी फाइव रेज़ कर दी जागी जी कि मैन के बराबर होजूगी मैचिंग एट विद द करंट रिटायरमेंट एज ऑफ फॉर मैन these reforms have been deeply unpopular in greece from prompting a succession of general strikes matlab eh jede measures si apan jede hun underline kitte ne eh inne unpopular sige vi inna ne general strikes nu prompt kitta general strikes hon laggiyan si jide nal ki economy hor further girgi dent hogi theek hai ji ta hun apan kede features dassange ta ida ik tanza aa juga ji apna b option cutting alliances for public sector workers matlab unna di pay band kar ditti jandi si theek hai ji एक अपना आंसर आ आजगा सी ऑप्शन रेजिंग द सेल्स टैक्स अपन भी पता भी सेल्स टैक्स बढ़ गया से ठीक है जी डी डी भी अपना आंसर आ आजगा मेकिंग पब्लिक कंपलसरी मेकिंग मेकिंग द कंपलसरी रिटायरमेंट एज the same for both genders matlab men the women di age kinni ho jugi retirement di 65 same ho jugi te ik apna answer lagjuga ji apna f option making cigarettes more expensive cigarettes tobacco to lagjuga apna vi to backote hor vi exercise duties wagera lati hai to expensive ho jugi automatically hai na hun kai jane itthe e sochenge vi e kyon nahi rahe ho ki general strikes di utthe gall hoyi si general strikes di gall definitely hoyi si par kyon hoyi si vi jede features ne oh grease de vich unpopular ho gaye si ਜੀ ਦੇ ਨਾਲ ਕੀ ਜਨਰਲ ਸਟ੍ਰਾਈਕਸ ਪ੍ਰੌਂਟ ਹੋ ਗਈ ਸੀ ਜੀ ਦੇ ਨਾਲ ਕੀ ਇਕਨੋਮੀ ਫਰਦਰ ਡੈਂਟ ਹੋ ਗਈ ਸੀ ਪਰ ਇਹ ਗ੍ਰੀਕ ਪ੍ਰੋਗਰਾਮ ਦਾ ਹਿੱਸਾ ਨਹੀਂ ਸੀਗੀ ਠੀਕ ਹੈ ਜੀ ਤਾਂ ਆਪਣੇ ਇਹ ਚਾਰ ਆਪਸ਼ਨਸ ਲੱਗੇ ਇਹਦੇ ਨੈਕਸਟ ਪੜਦੇ ਹੁਣ ਆਪਾਂ IMF imposed austerity measures have been indicated for encouraging the depreciation following the Asian financial crisis of 1997 Starting from the early 1990s, international investors from wealthier countries such as Japan and United States began pouring money into Southeast Asia looking to make some quick returns and soaring economies of Thailand. Philippines, Philippines Malaysia, and others earned themselves the title the Asian Tigers when things started to turn sore. However, the foreign investors panicked and retracted. Retracted the summary which मनी आउट ओल्ड देर मनी आउट तो की लग जाऊगा रिटेल करना ठीक है जी इतों अपना आंसर लग जाऊगा इतों हूँ अपना कोई आंसर लगेगा रिट दे इनवेस्टेंट इन्वेस्ट, एंड मासेस डेसीमेटिंग एशियन करंसीज डेसिमेटिंग मतलब की हुई डेसीमेटिंग मतलब रिड्यूस होशियन करंसीज है ना एंड टर्निंग मिलियनज ऑफ इंप्लाइज़ आउट ऑफ वर्क तो इंप्लाईज़ आउट ऑफ वर्क तो की लग जाएगा अपना अन्प्लॉयमेंट ठीक है एंड अन्प्लॉयमेंट की कोज होया फॉइल की फॉइल होया एशियन करंसीज फॉइल हुई जी जो करके तो अपना थर्टीएत का आंसर आजगा जी अपना एशियन करंसीज ठ ठीक है जी डिसमीनेटिंग तो अपना ला जूगा लग जूगा कोजिंग डैश टू फॉइल फॉइल तो कोजिंग लग जूगा अपना इतों हूँ अगे पढ़ो थर्ट का अपना आंसर लग गया

हूँ लेबर स्टैंडर्ड अपना ता करके आंसर आ जूगा जी थर्टी फस्ट का थर्टी फस्ट क्वेश्चन का आंसर है जी अपना लेबर स्टैंडर्ड हूँ अपने सिर्फ लिस्ट ऑफ पीपल आंसर रह गए जॉन माइनार्ड कीन्स की गल हो रही है हूँ वो देखा कि डी पैराग्राफ पढ़ना स्टार्ट कर देने मैनी इकोनमिस्ट कॉन्सिक्वेंटली व्यू ऑस्टेरिटी मैजेज एज ए टैरीबल ब्लांडर जॉन मैनार्ड कीन्स हूँ यदि गल होगी ना इतनी Was the first to propose an alternative method long before the Asian financial crisis. Governments he attempted to demonstrate could con conceivably spend their national economy out of debt, although logically implausible at first blush. This argument is based on the notion that recessions deepen from a persistent cycle of low incomes, low consumer spending, and low business growth. A government can theoretically reverse this downward spiral by injecting the economy with much needed, albeit borrowed capital. ਇਹ ਚੀਜ਼ ਕਹੀ ਹੈ ਨਾ ਨੇ ਵੀ ਇੱਕ ਗਵਰਨਮੈਂਟ ਕਿਵੇਂ ਜਿਹੜਾ ਰੈਸੈਸ਼ਨ ਹੈ ਉਹ ਤੋਂ ਨਿਕਲ ਸਕਦੀ ਹੈ ਕਿਵੇਂ ਇਹ ਡਾਊਨਵਰਡ ਸਪਾਇਰਲ ਹੈ ਜਿਹੜਾ ਉਹਨੂੰ ਰਿਵਰਸ ਕਰ ਸਕਦੀ ਹੈ ਕਿਵੇਂ ਜੋ ਇਕਨੋਮੀ ਨੂੰ ਕੈਪੀਟਲ ਨਾਲ ਦੁਬਾਰਾ ਇੰਜੈਕਟ ਕਰ ਦੇ ਪਰਦੇ ਮਤਲਬ ਦੁਬਾਰਾ ਪੈਸਾ ਖਰਚ ਕਰ ਦੇ ਇਕਨੋਮੀ ਤੇ ਤਾਂ ਜਿਹੜੀ ਉਹਨਾਂ ਦੀ ਇਕਨੋਮੀ ਹੈ ਉਹ ਬੂਸਟ ਹੋ ਸਕਦੀ ਹੈ ਡਿੱਗਣ ਨਹੀਂ ਬਚਾਈ ਠੀਕ ਹੈ ਜੀ ਤਾਂ ਜான் ਮੈਨਾਰਡ ਕਿਨਜ਼ ਨੇ ਇਹ ਚੀਜ਼ ਕਹੀ ਸੀ ਤਾਂ ਇੱਥੋਂ ਆਪਣਾ ਆਨਸਰ ਕੀ ਲੱਗ ਜੂਗਾ ਜੀ ਇਸ ਤੋਂ ਆਪਣਾ ਆਨਸਰ ਲੱਗ ਜੂਗਾ ਜੀ ਆਪਣਾ ਸੀ ਆਪਸ਼ਨ ਗਵਰਨਮੈਂਟ ਸਪੈਂਡਿੰਗ ਕੈਨ ਹੈਲਪ ਅ ਕੰਟਰੀ ਆਊਟ ਗੈਟ ਆਊਟ ਮਤਲਬ ਜੇ ਗਵਰਨਮੈਂਟ ਸਪੈਂਡ ਕਰੂਗੀ ਕੰਟਰੀ ਤੇ ਤਾਂ ਉਹ ਡੈਟ ਤੋਂ ਬਾਹਰ ਨਿਕਲ ਸਕਦੀ ਹੈ ਰੈਸੈਸ਼ਨ ਤੋਂ ਬਾਹਰ ਨਿਕਲ ਸਕਦੀ ਹੈ ਇਹ ਹੀ ਚੀਜ਼ ਕਹੀ ਸੀ ਆਪਾਂ ਨੂੰ ਜான் ਮੈਨਾਰਡ ਕੀਨਜ਼ ਨੇ ਠੀਕ ਹੈ ਜੀ ਤਾਂ ਹੁਣ ਅੱਗੇ ਪੜਦੇ ਆਪਾਂ ਅੱਗੇ ਕਿਹੜਾ ਨੇਮ ਆਇਆ ਹੈ ਬੜੇ ਇੱਥੇ ਦੇਖੋ ਇੰਨੇ ਕੋ ਪਾੜ ਦੇ ਵਿੱਚ ਕੋਈ ਨਾਮ ਨਹੀਂ ਹੈਗਾ ਠੀਕ ਹੈ ਤਾਂ ਇਹਨੂੰ ਆਪਾਂ ਪੜਨ ਦੀ ਲੋੜ ਨਹੀਂ ਹੈਗੀ ਕੀ ਪੈਰਾਗ੍ਰਾਫ ਦੇਖੋ ਨੋਬਲ ਪ੍ਰਾਈਜ਼ ਵਿਨਿੰਗ ਇਕਨੋਮਿਸਟ ਜੋਸਫ ਸਟੇਗਲਿਟਸ ਹੁਣ ਜੋਸਫ ਸਟੇਗਲਿਟਸ ਆਪਣਾ ਨਾਮ ਹੈਗਾ ਅਗਲੇ 'ਚ ਦੇਖਦੇ ਹਾਂ ਹਾਂ ਜੀ 39th ਆਨਸਰ ਹੈਗਾ 39th ਆਨਸਰ ਲੱਗ ਸਕਦਾ ਹੈ ਇਹ फॉलोस अप ऑन दिस अप्रोच बाय नोटिंग दैट हाउसहोल्ड्स अक्रॉस द वर्ल्ड आर करेंटली बर्डनड विद डेट फॉर बिजनेसेस टू ग्रो ही आर्ग्यूज़ गवर्नमेंट एंड कंज्यूमर एक्सपेंडिचर मस्ट किक इन फर्स्ट मतलब जे एक बिजनेस ग्रो करना ग्रो ग्रो करने हो रहा है है ना ता गवर्नमेंट ने कंज्यूमर नु स्पेंड करना पोंगा इको मतलब स्पेंड करना पोंगा ता ही बिजनेस ग्रो होगा ता एथों अपना आंसर लग ज्यूगा जी ए ऑप्शन बिजनेसेस विल ग्रो आफ्टर द गवर्नमेंट एंड कंज्यूमर स्पेंड मोर বিজনেসেস কদম জাদা ওয়দিয়া গ্রো করানਗੇ জদোকি గవర్নমেন্ট تے کنزومرز ওয়দিয়া স্পেন্ড করন লাগ জানਗੇ ایتھوں जित जीड़ी लाइन আপা হাইলাইট ਕੀਤੀ ਸੀ উথোঁ এ apna आंसर लग জুগা ঠিক হে جی অস্টেরিটি মেজেস اگے পড়ো অস্টেরিটি মেজেস লোয়ার দ স্পেন্ডিং ক্যাপাসিটি অফ হাউসহোল্ডস এন্ড আর देयरफॉर কনসিডার্ড আন্ডার প্রোডাক্টিভ ଅନା더 রিসিপিয়েন্ট অফ দ্য নোবেল প্রাইস পল ক্রুপম্যান উন পল ক্রুপম্যান নি খোরনাম আ গয়া আপা দেখদেয়া কুয়েশ্চনs হেগা 40th কুয়েশ্চন লাগ জুগা ایتھے জি পল কিংম্যান points to the recent experiences of countries such as ireland, latvia and estonia, countries that implement austerity are the good soldiers of the crisis, he notes implementing savage spending cuts, but their reward has been a slump and financial markets continue to treat them as a serious default risk. savage spending cuts, both spending cuts, sojan austerity measures, hai na, spending cuts, cuts are austerity measures, these savage austerity measures, the reward, hai, ਏ ਸਲੰਪ ਹੋਣਗੇ ਮਤਲਬ ਉਲਟੇ ਹੋਣਗੇ ਵਧੀਆ ਨਹੀਂ ਹੋਣਗੇ ਇਸ ਨਾਲ ਇਕਨੋਮੀ ਜਿਹੜੀ ਉਹ ਹੋਰ ਵੀ ਡਾਊਨ ਜਾ ਸਕਦੀ ਹੈ ਖੜੀ ਹੋਣ ਦੇ ਬਜਾਏ ਠੀਕ ਹੈ ਜੀ ਤਾਂ ਇਥੋਂ ਆਪਣਾ ਆਨਸਰ ਕੀ ਲੱਗ ਜੂਗਾ 40 ਇਜ਼ ਦਾ ਆਨਸਰ ਇਸ ਕਰਕੇ ਆਪਣਾ ਲੱਗ ਜੂਗਾ ਜੀ ਬੀ ਆਪਸ਼ਨ ਹਾਰਸ਼ ਆਸਟੇਰਿਟੀ ਮੈਜਰਸ ਹੈਵ ਕਾਜ਼ਡ ਸਮ ਇਕਨੋਮੀਆਂ ਟੂ ਡਿਕਲਾਈਨ ਹਾਰਸ਼ ਸੇਵਿੰਗ ਸੇਵਿੰਗ ਤੋਂ ਲੱਗ ਜੂਗਾ ਜਿਹੜੇ ਆਸਟੇਰਿਟੀ ਮੈਜਰਸ ਨੇ ਉਹਨੇ ਇਕਨੋਮੀਆਂ ਨੂੰ ਡਿਕਲਾਈਨ ਕੀਤਾ ਠੀਕ ਹੈ ਜੀ ਆਪਣਾ ਕਿਹੜੇ ਕਿਹੜੇ ਕੁਐਸਚਨਸ ਲੱਗੇ 36 39 ਤੇ 40 37 ਤੇ 38 ਕੁਐਸਚਨ ਲੱਗੇ ਆਪਣਾ म ने डेविड कैमरॉन मार्शल ऑलबैक। बैक हूँ एफ पैराग्राफ ही अपना एंसर लगेगा देखते हैं स्टार्टिंग पढ़ते हैं इन द यूनाइटेड किंगडम प्राइम मिनिस्टर डेविड कैमरॉन डेविड कैमरॉन की गल होगी ना डिफेंडेड द नसैसिटी ऑफ ऑसचेरिटी मैजिज फॉर हिस कंट्री बाई डीनाउंसिंग द फ्रेबिलिटी ऑफ गवर्नमेंट दैट रैपेंडिंग एट द टाइम द इकोनमी इज कॉन्ट्रैक्टिंग ਡਿਫੈਂਡਡ ਦ ਨੈਸੈਸਿਟੀ ਆਫ ਆਸਟੈਰਿਟੀ ਮੈਜਰ ਮਤਲਬ ਜਿਹੜੇ ਡੇਵਿਡ ਕੈਮਰਨ ਸੀ ਇਹਨੇ ਆਸਟੈਰਿਟੀ ਮੈਜਰ ਦੇ ਖਿਲਾਫ ਬੋਲਿਆ ਉਹਨੇ ਕਿਹਾ ਵੀ ਜੇ ਇੱਕ ਕੰਟਰੀ ਹਨਾ ਜਦੋਂ ਉਹਦੀ ਇਕਨੋਮੀ ਕੰਟਰੈਕਟ ਹੋ ਰਹੀ ਹੈ ਡਿੱਗ ਰਹੀ ਹੈ ਉਸ ਤੇ ਸਪੈਂਡ ਕਰਦੀ ਹੈ ਤਾਂ ਇਸ ਦਾ ਕੋਈ ਮਤਲਬ ਨਹੀਂ ਹੈਗਾ ਇਸ ਚੀਜ਼ ਨੂੰ ਉਹਨੇ ਡਿਫੈਂਡ ਕੀਤਾ ਸੀ ਉਹ ਕਹਿ ਰਿਹਾ ਸੀ ਵੀ ਇਸ ਚੀਜ਼ ਦੀ ਕੋਈ ਨੈਸੈਸਿਟੀ ਨਹੀਂ ਹੈਗੀ ਠੀਕ ਹੈ ਜੀ ਤਾਂ ਆਪਣਾ ਆਨਸਰ ਲੱਗ ਜੂਗਾ ਇੱਥੋਂ ਇਥੋਂ ਆਪਣਾ ਕਿਹੜਾ ਆਨਸਰ ਲੱਗੂਗਾ ਜੀ ਈ ਆਪਸ਼ਨ ਲੱਗ ਜੂਗਾ ਆਪਣਾ 37 ਦਾ 37 ਦਾ ਆਨਸਰ ਇਜ਼ ਈ ਵੀ ਜਦੋਂ ਇਕਨੋਮੀ ਸਮਾਲਰ ਹੋ ਰਹੀ ਹੋਵੇ ਹਨਾ ਉਦੋਂ ਵੇਸਟਫੁਲ ਹੁੰਦਾ ਹੈ ਗਵਰਨਮੈਂਟ ਦਾ ਸਪੈਂਡ ਕਰਨਾ ਇਕਨੋਮੀ ਤੇ ਠੀਕ ਹੈ ਜੀ ਹੁਣ ਆਪਣਾ ਲਾਸਟ ਕੁਐਸਚਨ ਰਹਿ ਗਿਆ ਮਾਰਸ਼ਲ ਆਰਬੈਕ ਮਾਰਸ਼ਲ ਆਰਬੈਕ ਦੇ ਨਾਮ ਤੇ ਚੱਲੋ ਹੁਣ ਜਿੰਦਾ ਹੈ ਗਿਆ ਨੇ ਨਾਮ ਕਿਤੇ ਇੱਥੇ ਹਾਂਜੀ ਏਸੀ ਨਾਮ ਅ ਬ੍ਰਿਟਿਸ਼ ਥਿੰਕ ਟੈਂਕ ਇਕਨੋਮਿਸਟ ਮਾਰਸ਼ਲ ਆਰਬੈਕ ਕੁਐਸਚਨਸ ਦਿਸ ਲਾਈਨ ਆਫ ਥਿੰਕਿੰਗ ਵੰਡਰਿੰਗ ਇਫ ਕੈਮਰਨ ਸਜੈਸਟ ਗਵਰਨਮੈਂਟ ਸ਼ੁੱਡ ਓਨਲੀ ਰੈਚਟ ਅਪ ਸਪੈਂਡਿੰਗ ਵੈਨ ਦ ਇਕਨੋਮੀ ਇਜ਼ ਗ੍ਰੋਇੰਗ this Orbeck warns should be avoided because it presents genuine inflationary dangers. ਉਨੇ ਮਤਲਬ ਡੇਵਿਡ ਕੈਮਰਨ ਨੇ ਇਹ ਕਿਹਾ ਸੀ ਨਾ ਵੀ ਜਦੋਂ ਇਕਨੋਮਿਕ ਘਟ ਰਹੀ ਹੋਵੇ ਤਾਂ ਖਰਚ ਕਰਨ ਦਾ ਨਹੀਂ ਫਾਇਦਾ ਤਾਂ ਮਾਰਸ਼ਲ ਔਰਬੈਕ ਨੂੰ ਉਹਨੇ ਕਿਹਾ ਮਾਰਸ਼ਲ ਔਰਬੈਕ ਨੇ ਕਿਹਾ ਸੀ ਵੀ ਇਹ ਚੀਜ਼ ਗਲਤ ਹੈ ਏ ਨਹੀਂ ਹੈਗਾ ਵੀ ਜਦੋਂ ਇੱਕ ਕੰਟਰੀ ਡਿਵੈਲਪ ਕਰ ਰਹੀ ਹੋਵੇ ਜਦੋਂ ਇੱਕ ਕੰਟਰੀ ਦੀ ਇਕਨੋਮੀ ਐਕਸਪੈਂਡ ਕਰ ਰਹੀ ਹੋਵੇ ਤਾਂ ਉਹਨੂੰ ਸਪੈਂਡ ਨਹੀਂ ਕਰਨਾ ਚਾਹੀਦਾ ਇਹ ਕਿਉਂਕਿ ਇਟ ਸ਼ੁੱਡ ਬੀ ਅਵੋਇਡਡ ਠੀਕ ਹੈ ਜੀ ਬਿਕਾਜ਼ ਇਟ ਪ੍ਰੈਜ਼েন্টস ਜੈਨੂਇਨ ਇਨਫਲੇਸ਼ਨਰੀ ਮਤਲਬ ਇਹਦੇ ਨਾਲ ਇਨਫਲੇਸ਼ਨ ਆ ਸਕਦੀ ਹੈਗੀ ਬਹੁਤ ਮਹਿੰਗਾਈ ਵਾ ਸਕਦੀ ਹੈ ਠੀਕ ਹੈ ਜੀ ਤਾਂ ਆਪਣਾ 38th ਦਾ ਆਨਸਰ ਆਜੂਗਾ ਜੀ ਡੀ অপਸ਼ਨ 38th ਆਨਸਰ ਇਜ਼ ਡੀ ਠੀਕ ਹੈ ਜੀ ਤਾਂ ਅਸਲ ਆਪਣਾ ਜਿਹੜਾ ਇਹ ਪੈਸੇਜ ਹੈ ਇਹ ਕੰਪਲੀਟ ਹੁੰਦਾ ਹੈ ਜੇ ਆਪਾਂ ਓਵਰਆਲ ਲੈਵਲ ਦੀ ਗੱਲ ਕਰੀਏ ਤਾਂ ਮੇਰੇ ਅਕੋਰਡਿੰਗ ਐਸ ਦਾ ਲੈਵਲ ਈਜ਼ੀ ਸੀਗਾ ਮੋਡਰੇਟ ਨਹੀਂ ਕਹੂੰਗਾ ਮੈਂ ਮੋਡਰੇਟ ਤੋਂ ਨੀਚੇ ਹੀ ਸੀਗਾ ਪਰ ਈਜ਼ੀ ਤੋਂ ਉੱਪਰ ਸੀਗਾ ਠੀਕ ਹੈ ਜੀ ਤਾਂ ਜੇ ਆਪ ਨੂੰ ਥੋੜੀ ਬਹੁਤ ਵੀ ਵੋਕੈਬਲਰੀ ਵਰਡਸ ਜਾਂ ਸਿਨੋਨੀਮਸ ਦੀ ਇਨਫੋਰਮੇਸ਼ਨ ਆ इजीली ਆਪਣੇ 13 ਆਊਟ ਆਫ 13 ਜਾਂ 14 ਜਿੰਨੇ ਵੀ ਕੁਐਸਚਨ ਨੇ ਕਰੈਕਟ ਹੋ ਸਕਦੇ ਨੇ ਸਾਰੇ ਦੇ ਸਾਰੇ ਠੀਕ ਹੈ ਜੀ ਸੋ ਯਾ ਕੀਪ 온 ਪ੍ਰੈਕਟਿਸਿੰਗ ਦੈਟਸ ਇਟ ਫੋਰ ਨਾਊ ਥੈਂਕ ਯੂ ਫਾਰ ਵਾਚਿੰਗ ਦ ਵੀਡੀਓ